ਮੇਰਾ ਘਰ ਵਜਾੜਿਆ ਹੋਵੇ ਉਜੜ ਜਾਣਗੇ, ਮੇਰਾ ਤੇ ਨਾ ਕੋਈ ਧੀ ਤੇ ਨਾ ਕੋਈ ਪੁੱਤ, ਮੇਰਾ ਤੇ ਘਰ ਵਾਲਾ ਹੀ ਮੇਰਾ ਸਹਾਰਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਮਾਂ ਪੁੱਤ ਦੇ ਚਿੱਥੜੇ ਉੱਡ ਗਏ। ਬਾਈਕ ਸਵਾਰ, ਮਾਂ ਪੁੱਤ, ਮਾਸੂਮ ਬੱਚਾ, ਜਿਨ੍ਹਾਂ ਦੀ ਟੱਕਰ ਟਰੱਕ ਦੇ ਨਾਲ ਹੋਈ। ਮਾਂ ਪੁੱਤ ਦੀ ਮੌਕੇ ਤੇ ਮੌਤ ਹੋ ਗਈ। ਉਹਨਾਂ ਦਾ ਪੋਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸਦੇ ਕਿ ਟਰੱਕ ਦੇ ਨਾਲ ਬਾਈਕ ਦੀ ਟੱਕਰ ਹੋਈ ਹੈ। ਦੋਵੇਂ ਮਾਂ ਪੁੱਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜੰਡਿਆਲਾ ਗੁਰੂ ਦੇ ਨੇੜੇ ਭੰਗਵਾਂ ਰੇਲਵੇ ਫਾਟਕ ਤੇ ਇਹ ਦਰਦਨਾਕ ਹਾਦਸਾ ਹੋਇਆ। ਭਿਆਨਕ ਹਾਦਸੇ ਦੇ ਵਿੱਚ ਮਾਂ ਪੁੱਤ ਦੀ ਮੌਤ ਹੋਈ ਹੈ। ਟਰੱਕ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ। ਖੂਨ ਦੇ ਨਾਲ ਸੜਕ ਵੀ ਭਿੱਜ ਗਈ। ਹਾਦਸੇ ਮੌਕੇ ਪੋਤਾ ਗੰਭੀਰ ਜ਼ਖਮੀ ਹੋਇਆ। ਮੌਕੇ ਤੇ ਪੁਲਿਸ ਪਾਰਟੀ ਪਹੁੰਚ ਗਈ। ਟਰੱਕ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ। ਅੰਮ੍ਰਿਤਸਰ ਦੇਹਾਤੀ ਅਧੀਨ ਪੈਂਦੇ ਕਸਬਾ ਜੰਡਿਆਲਾ ਗੁਰੂ ਦੇ ਨੇੜੇ ਪੈਂਦੇ ਭਗਵਾ ਰੇਲਵੇ ਫਾਟਕ ਦੇ ਨਜ਼ਦੀਕ ਅੱਜ ਇਹ ਭਿਆਨਕ ਸੜਕੀ ਹਾਦਸਾ ਹੋਇਆ। ਜਾਣਕਾਰੀ ਦਿੰਦੇ ਹੋਏ ਪੀੜਤਾਂ ਨੇ ਦੱਸਿਆ ਕਿ ਰਮਨ ਕੁਮਾਰ, ਜਿਸ ਦੀ ਉਮਰ 24 ਸਾਲ ਦੀ ਸੀ, ਉਹਨਾਂ ਦੀ ਮਾਤਾ ਸੁਮਿਤਰਾ, ਜਿਨ੍ਹਾਂ ਦੀ ਉਮਰ 55 ਸਾਲ ਦੀ ਸੀ, ਜੋ ਕਿ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਸੀ, ਇਹਨਾਂ ਦੋਵਾਂ ਦੀ ਮੌਤ ਹੋਈ ਹੈ। ਜਦਕਿ ਉਹਨਾਂ ਦਾ ਪੋਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਨੂੰ ਪਛਾਣਨਾ ਵੀ ਔਖਾ ਹੋ ਗਿਆ। ਬਾਈਕ ਤੇ ਸਵਾਰ ਸੀ ਤਿੰਨ ਜਾਣੇ, ਉਹਨਾਂ ਦੀ ਟਰੱਕ ਦੇ ਨਾਲ ਟੱਕਰ ਹੋਈ ਹੈ। ਜਾਣਕਾਰੀ ਮੁਤਾਬਿਕ ਇਹ ਟਰੱਕ ਰੋਂਗ ਸਾਈਡ ਤੋਂ ਆ ਰਿਹਾ ਸੀ, ਜਿਸ ਦੇ ਨਾਲ ਇਹ ਦਰਦਨਾਕ ਹਾਦਸਾ ਹੋਇਆ। ਹਾਦਸੇ ਦੇ ਵਿੱਚ ਦੋਵੇਂ ਮਾਂ ਪੁੱਤ ਦੀ ਮੌਤ ਹੋਈ ਹੈ। ਸਰ ਮੰਮੀ ਨੂੰ ਕੰਮ ਤੋਂ ਲੈਣ ਗਏ, ਆਪ ਜੌਬ ਤੋਂ ਆਏ ਬਾਅਦ ਉਹਨਾਂ ਵੀ ਨੂੰ ਲੈਣ ਗਏ ਸੀ ਕੰਮ ਤੋਂ। ਅੱਛਾ ਜੀ, ਹਾਂਜੀ। ਇਹ ਕਿੰਨੇ ਕੁ ਵਜੇ ਦੀ ਘਟਨਾ ਵਾ? 5 ਵਜੇ। 5 ਵਜੇ ਦੀ ਘਟਨਾ ਵਾ? ਜਿਨ੍ਹਾਂ ਦੀ ਡੈਥ ਹੋਈ ਉਹ ਤੁਹਾਡੇ ਹਸਬੈਂਡ ਹੀ? ਕਿੰਨੀ ਉਹਨਾਂ ਦੀ ਕਿੰਨੀ ਉਮਰ ਸੀ? ਮੇਰਾ ਤੇ ਨਾ ਕੋਈ ਧੀ ਤੇ ਨਾ ਕੋਈ ਪੁੱਤ, ਮੇਰਾ ਤੇ ਘਰ ਵਾਲਾ ਹੀ ਮੇਰਾ ਸਹਾਰਾ ਹੈ। ਸਰਕਾਰੀ ਨੌਕਰੀ ਕਰਦੇ ਨੇ। ਕਿੱਥੋਂ ਆ ਰਹੇ ਸੀ ਭਾਜੀ? ਇਹ ਪੈਲਸ ਚੋਂ ਆਉਂਦੇ ਸੋਈ ਫਾਰਮ ਚੋਂ। ਤੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ? ਸਾਨੂੰ ਉੱਥੋਂ ਕਿਸੇ ਨੇ ਦੱਸਿਆ, ਇੱਦਾਂ ਤੁਹਾਡੇ ਵਰਗੇ ਨੇ ਤੇ ਤੁਹਾਡੇ ਵੱਡਾ ਦਾ ਮੁੰਡਾ ਤੇ ਤੁਹਾਡੇ ਇੱਦਾਂ। ਹਾਂਜੀ, ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ? ਸਾਨੂੰ ਪਤਾ ਨਹੀਂ ਲੱਗਾ, ਕਹਿੰਦੇ ਟਰੱਕ ਵੱਜ ਗਏ ਜੀ, ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਕਾਲਾ ਆ ਤੇ ਜਨਾਨੀ ਨਾਲ ਇੱਕ ਨਿਆਣਾ ਆ, ਸਾਨੂੰ ਪਤਾ ਸੀ ਤੇ ਚਲੋ ਨਿਆਣਾ ਤੇ ਅਸੀਂ ਫਿਰ ਵੇਖਣਾ ਇਹ ਬਲਡਾ ਬਲਡ ਗਿਆ ਨਾ ਤੇ ਅਸੀਂ ਸਮਝੇ ਤਾਂ ਉਹੀ ਚੱਲ ਸਾਡੇ ਬੰਦੇ ਵੀ ਗਏ ਉੱਧਰ ਤੇ ਉਹ ਸਾਡੇ ਬੰਦੇ ਨਿਕਲੇ ਕੁੜੀ ਆ ਤਾਏ ਦਾ ਮੁੰਡਾ ਮੇਰੇ ਦਾ। ਉਸ ਟਰੱਕ ਡਰਾਈਵਰ ਦਾ ਤੁਹਾਨੂੰ ਭਾਜੀ ਪਤਾ ਲੱਗਾ? ਨਹੀਂ ਭਾਜੀ। ਉਸ ਗੱਡੀ ਦਾ ਪਤਾ ਨਹੀਂ ਲੱਗਾ ਤੁਹਾਨੂੰ? ਨਹੀਂ ਭਾਜੀ। ਗੱਡੀ ਕਹਿੰਦੇ ਘੇਰੀ ਇੱਥੇ ਮੁੰਡਾ ਬੰਦਾ ਇੱਥੇ ਹੀ ਆ। ਤੁਸੀਂ ਕੀ ਮੰਗ ਕਰਦੇ ਜੀ? ਹਾਂਜੀ, ਕੀ ਮੰਗ ਕਰਦੇ ਜੀ? ਕੀ ਮਤਲਬ? ਤੁਸੀਂ ਮਿਲਣੀ ਚਾਹੀਦੀ ਹੈ ਜੀ। ਹਾਂਜੀ, ਸਜ਼ਾ ਮਿਲਣੀ ਚਾਹੀਦੀ ਉਹਨੂੰ ਪੂਰੀ।
ਮਤਲਬ ਉਹਦੀ ਕੀ ਗਲਤੀ, ਉਹਨੇ ਸਜ਼ਾ ਮਿਲਣੀ ਚਾਹੀਦੀ ਹੈ। ਤੇ ਉਹ ਜਿਹੜੇ ਇਹਨਾਂ ਦੇ ਨਾਲ ਕੌਣ ਕੌਣ ਸੀ? ਉਹ ਮੇਰੀ ਤਾਈ ਇੱਕ ਤੇ ਮੇਰੇ ਤਾਏ ਦਾ ਮੁੰਡਾ ਆ। ਤਾਈ ਦੀ ਕਿਸ ਹਾਲਤ ਵਿੱਚ ਨੇ? ਤਾਈ ਮੇਰੀ ਨਾਲ ਹੀ ਆਈ, ਇੰਨਾ ਨਹੀਂ ਮੈਨੂੰ ਪਤਾ, ਮੈਂ ਚੰਡਿਆਲੇ 'ਚ ਪਤਾ ਲੱਗਾ ਤੇ ਇੱਦਾਂ ਇੱਦਾਂ ਤੁਹਾਡੇ ਭਰਾ ਜੀ ਦੇ ਬੰਦੇ ਐਕਸੀਡੈਂਟ ਹੋ ਗਿਆ। ਬੱਚਾ ਜਿਹੜਾ ਕੋਈ ਛੋਟਾ ਦੱਸ ਰਹੇ ਨਾਲ? ਤਾਏ ਮੇਰੇ ਤਾਂ ਇਹ ਭੀਜਾ ਹੈ ਮੇਰਾ ਮੁੰਡਾ। ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ ਆ? ਪਰ ਉਮਰ ਤਾਂ ਹੈਗੀ 7-8 ਸਾਲ ਉਮਰ ਹੋਣੀ, 5-7 ਸਾਲ। ਤਾਈ ਦੇ ਨਾਂ ਦਾ ਪਤਾ? ਹਾਂਜੀ, ਸੁਮਿਤਰਾ। ਕੀ ਨਾਂ? ਸੁਮਿਤਰਾ। ਤੇ ਇਸ ਜਿਹੜੀ ਜਿੰਦੀ ਮ੍ਰਿਤਕ ਦੀ ਮੌਤ ਹੋਈ ਦਾ ਕੀ ਨਾਂ ਜੀ? ਇਹਦਾ ਨਾਂ ਰਮਨ। ਓਕੇ ਭਾਈ। ਉਸ ਟਰੱਕ ਵਾਲੇ ਦਾ ਕੁਛ ਪਤਾ ਲੱਗਾ? ਕੀ ਕੰਮ ਕਰਦਾ ਸੀ? ਸਰਵਿਸ ਕਰਦਾ ਜੀ। ਕੀ ਕੰਮ ਕਰਦਾ ਸੀ? ਪੰਜਾਬ ਮੰਡੀ ਕੋਟ। ਹਾਂਜੀ ਸਰ, ਤੁਸੀਂ ਕਹਿਣਾ ਚਾਹੁੰਦੇ? ਮੈਂ ਸਰ ਰਕੇਸ਼ ਕੁਮਾਰ, ਅਤੇ ਇਹ ਮੇਰੀ ਭੂਆ ਜੀ ਸੀ, ਮੇਰੀ ਭੂਆ ਜੀ ਦਾ ਲੜਕਾ ਸੀ। ਹਾਂਜੀ, ਅਤੇ ਇਹ ਸਰ ਇੱਥੋਂ ਆ ਰਹੇ ਸੀ, ਕਿਤੋਂ ਮਤਲਬ ਦਵਾਈ ਲੈ ਕੇ ਆ ਰਹੇ ਸੀਗੇ, ਉਹ ਨਾਲ ਬੱਚਾ ਛੋਟਾ ਢਿੱਲਾ, ਉਹ ਦਵਾਈ ਲੈ ਕੇ ਆ ਰਿਹਾ, ਅਤੇ ਉੱਥੋਂ ਸਰ ਰੋਂਗ ਸਾਈਡ ਲਿਆ ਕੇ ਟਰੱਕ ਵਾਲੇ ਨੇ। ਵੇਖੋ ਵੀਡੀਓ ਚੱਲ, ਚੰਗੀ ਤਰ੍ਹਾਂ ਦੇਖ ਲਓ, ਇਹ ਬਿਲਕੁਲ ਆਪਣੇ ਹੱਥ ਆ ਜੀ, ਅਤੇ ਦੂਜਾ ਟਰੱਕ ਜਿਹੜਾ ਰੋਂਗ ਸਾਈਡ ਸੀ, ਸ਼ਾਇਦ ਕਿ ਜਦੋਂ ਉਹ ਸਾਦਾ ਵੀ ਉਹਨੇ ਨਸ਼ਾ ਪਤਾ ਕੀਤਾ ਹੋਵੇ, ਅਤੇ ਉਹਨੇ ਸਰ ਬਿਲਕੁਲ ਉੱਪਰ ਚੜ੍ਹਾ ਤਾ। ਦੇਖੋ ਮੋਟਰਸਾਈਕਲ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ, ਪਰ ਇਹਨਾਂ ਦੇ ਕੋਲ ਬੇਨਤੀ ਹੱਥ ਜੋੜ ਕੇ ਵੀ ਸਰ ਇਹਨਾਂ ਨੂੰ ਸਭ ਤੋਂ ਦਿੱਤੀ ਜਾਵੇ, ਕਿਉਂਕਿ ਘਰ ਤੇ ਬਰਬਾਦ ਹੋ ਗਿਆ ਸਰ, ਮੰਮੀ ਵੀ ਪੂਰੀ ਹੋ ਗਈ ਨਾਲ, ਬੇਟੇ ਦਾ ਵੀ ਪਤਾ ਕੋਈ ਨੀ ਹੁੰਦਾ, ਬੱਚੇ ਦਾ ਵੀ ਕੁਛ ਕਹਿ ਨੀ ਸਕਦੇ, ਤੇ ਆਪ ਦੇ ਮੌਕੇ ਦੀ ਇੱਦਾਂ ਹੋ ਗਿਆ ਨਾ। ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਦੀ ਉਮਰ ਕਿੰਨੀ ਸੀ ਸਰ? ਉਹਨਾਂ ਦੀ ਕੋਈ 24 ਸਾਲ ਹੋਏਗੀ ਸਰ। ਤੇ ਜਿਹੜੇ ਇਹਨਾਂ ਦੀ ਮਾਤਾ ਜੀ ਸੁਮਿਤਰਾ ਕੌਰ, ਉਹਨਾਂ ਦੀ ਉਮਰ ਕਿੰਨੀ ਸੀ? ਲੈ ਕੇ ਚਲੋ 50-55 ਜਿੰਨੇ ਹੋ ਗਏ, ਇਸ ਤੋਂ ਵੱਧ ਨਹੀਂ। ਅਸੀਂ ਆਪਣੇ ਜੰਡਿਆਲਾ ਗੁਰੂ ਤੇ ਵੈਰਵ ਉੱਥੇ ਗਊਸ਼ਾਲਾ ਰੋਡ, ਮਾਤਾ ਰਾਣੀ ਦੇ ਬੈਕ ਸਾਈਡ ਠੀਕ ਹੈ ਜੀ, ਉਹ ਜਿਹੜਾ ਕੀ ਨਾਂ ਟਾੜਾ ਲੱਗਾ ਹੋਇਆ ਸਚਾਈ ਦਫ਼ਤਰ, ਉਹਦੇ ਬਿਲਕੁਲ ਦੇ ਕੇ ਰਹਿੰਦੇ ਸਰ, ਤੇ ਹੱਥ ਜੋੜ ਕੇ ਬੇਚਦੇ ਹਾਂ ਤੇ ਆਪਾਂ ਗਰੀਬ ਬੰਦੇ ਹਾਂ ਤੇ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ। ਹਾਂਜੀ, ਥੈਂਕ ਯੂ। ਠੀਕ ਹੈ ਜੀ। ਹਾਂਜੀ ਸਰ, ਸ਼ੁਭ ਨਾਮ? ਐਸ ਏ ਕੁਲਵਿੰਦਰ ਸਿੰਘ। ਸਰ, ਪਿੰਡ ਗਹਿਰੀ ਮੰਡੀ ਵਿਖੇ ਜਿਹੜਾ ਐਕਸੀਡੈਂਟ ਹੋਇਆ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਜੀ, ਲੜਕਾ ਰਮਨ ਕੁਮਾਰ, ਇਹਨਾਂ ਦੀ ਮਦਰ ਸੁਮਿਤਰਾ ਤੇ ਬੇਟਾ ਲਖਨ ਜੀ, ਇਹ ਇੱਧਰੋਂ ਆਪਣੀ ਬੈਗ ਤੇ ਆ ਰਹੇ ਸੀਗੇ ਪਿੰਡ ਭੰਗਵਾਂ ਤੋਂ ਗਹਿਰੀ ਕਸਬੇ ਨੂੰ ਜਾ ਰਹੇ ਸੀ, ਤੇ ਫਾਟਕ ਦੇ ਉੱਪਰ ਸਰ ਇੱਕ ਟਰੱਕ ਆਇਆ ਜੀ ਦੂਸਰੀ ਸਾਈਡ ਤੋਂ, ਤੇ ਟਰੱਕ ਨਾਲ ਇਹਨਾਂ ਦੀ ਹਿੱਟ ਹੋਣ ਕਰਕੇ ਇਹ ਰਮਨ ਦੀ ਤੇ ਮੌਕੇ ਤੇ ਮੌਤ ਹੋ ਗਈ ਹੈ ਜੀ, ਇਹਨਾਂ ਦੀ ਮਿਸਜ ਨੂੰ ਤੇ ਸੋਰੀ ਇਹਨਾਂ ਦੀ ਮਦਰ ਸੁਮਿਤਰਾ ਜੀ ਤੇ ਬੇਟਾ ਲਖਨ ਜੀ, ਉਹ 108 ਜ਼ਰੀਏ ਸਰ ਗੁਰੂ ਨਾਨਕ ਹੋਸਪਿਟਲ ਇਲਾਜ ਲਈ ਭੇਜਦੇ ਆ ਜੀ, ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ।
ਇਹਨਾਂ ਦਾ ਕਹਿਣਾ ਹੈ ਜੀ ਕਿ ਸੁਮਿਤਰਾ ਦੀ ਵੀ ਮਤਲਬ ਮੌਤ ਹੋ ਗਈ, ਉਹਦੇ ਸੰਬੰਧ ਵਿੱਚ ਕਹਿਣਾ ਡਾਕਟਰ ਸਾਹਿਬ ਡਿਕਲੇਅਰ ਕਰੇਗਾ ਜੀ।